ਇਹ ਭਾਈ ਘਰੋਂ ਲੈ ਕੇ ਆਉਂਦੇ ਗਾਣਾ ਤੁਸੀਂ ਘਰੀਓ ਲੈ ਕੇ ਆਉਨੇ ਵੀਰੇ ਐਂ ਆ ਕੇ ਖੜਾ ਦਨੇ ਆਪਾਂ ਠੀਕ ਹੈ ਨਾ ਕੋਈ ਰਵਿੰਗ ਨਾ ਕੋਈ ਪਾਲਸ ਕੁਛ ਨਹੀਂ ਹੁੰਦਾ ਬਈ ਆਪਣੇ ਮਤਲਬ ਜਿਵੇਂ ਜੈਨੂਨ ਹੈਗੇ ਆ ਜਿਵੇਂ ਜੈਨੂਨ ਹੈਗੇ ਆ ਫਰੰਟ ਸ਼ੀਸ਼ਾ ਵੀ ਨਾਲ ਦਾ ਪਿਆ ਵੀਰੇ ਹਜੇ ਤੱਕ ਕਾਰ ਦੇ ਅਲਾਏ ਲੱਗੇ ਹੋਏ ਨੇ ਲੋ ਜੀ ਪੀਵੀ 65 ਮਹਾਲੀ ਦਾ ਨੰਬਰ ਠੀਕ ਹੈ ਜੀ 3355 ਕਾਰ ਦਾ ਜਿਹੜਾ ਨੰਬਰ ਹੈ ਨੰਬਰ ਵੀ ਵਧੀਆ ਹੈਗਾ ਜੀ ਹਾਂ ਜੀ ਤੇ ਟਾਇਰ ਵੀ ਵਧੀਆ ਨੇ ਲੇਡੀ ਨਾਂ ਤੇ ਕਾਰ ਹੈ ਜੇ ਤੁਸੀਂ ਆਉਂਗੇ ਸੈਲਫ ਮਾਰ ਕੇ ਦੇਖੋਗੇ ਪਹਿਲੇ ਝੂਟੇ ਬੰਦਾ ਕਹੇ ਵੀ ਹਾਂ ਵੀ ਇਹਦੇ ਵਰਗੀ ਚੀਜ਼ ਨਹੀਂ ਕੋਈ ਠੀਕ ਹੈ ਜੀ ਸਾਊਂਡ ਦੀ ਪਛਾਣ ਹੋਣੀ ਚਾਹੀਦੀ ਹੈ ਬੰਦੇ ਨੂੰ ਚਲਾਵਾ ਵਧੀਆ ਹੋਣਾ ਚਾਹੀਦਾ ਐਸੀ ਵਰਗੀ ਕਾਰ ਮਿਲ ਜੇ ਕੋਈ ਦਿੱਕਤ ਨਹੀਂ ਚਾਹੇ ਬੰਦਾ ਠੀਕ ਹੈ ਜੀ 12 ਲੈਣ ਜਾ ਰਿਹਾ ਠੀਕ ਹੈ ਜੀ ਤਾਂ ਉਹਦੀ ਥਾਂ ਤੇ 8 ਮਾਡਲ ਕਾਰ ਵੀ ਮਿਲ ਜੇਗੀ ਕੰਡੀਸ਼ਨ ਵਧੀਆ ਹੋਵੇ ਉਹ ਕਾਰ ਲੈਣੀ ਚਾਹੀਦੀ ਹੈ 13.5 ਮਾਡਲ ਹੈ ਹਾਂਜੀ ਠੀਕ ਹੈ ਜੀ ਮਤਲਬ ਵੀ ਅੱਧ ਦੇ ਵਿੱਚ ਜੇ ਨਿਕਲੀ ਹੋਈ ਹੈ ਕਾਰ ਤੇ 2,95,000 ਦੀ ਕਾਰ ਲਓ ਜੀ ਬਾਈ ਜੀ ਇੰਨੀ ਸਸਤੀ ਕਾਰ ਕਿਤੋਂ ਨਹੀਂ ਮਿਲ ਸਕਦੀ ਗੱਡੀ ਸਾਰੀ ਆਲ ਓਰੀਜਨਲ ਹੈ ਬਾਈ ਇੱਕ ਬੰਪਰ ਤੇ ਸਕ੍ਰੈਚ ਸੀ ਉਹ ਜ਼ਰੂਰ ਸੈੱਟ ਕਰਵਾਏ ਨੇ ਬਾਕੀ ਆਲ ਓਰੀਜਨਲ ਦੇਖੋ ਬਾਈ ਬਾਈ ਦੇਖ ਰਿਹਾ ਜਾਂਦਾ ਜਾਂਦਾ ਖੜਕ ਜਾਂਦੀ ਹੈ ਵੀ ਇੰਨੀ ਸਾਫ਼ ਗੱਡੀ ਕਿਵੇਂ ਹੋ ਸਕਦੀ ਹੈ ਮਜਬੂਰ ਕਰ ਦਿੰਦੀ ਹੈ ਬਾਈ ਹੈ ਨਾ ਜਾਂਦਿਆਂ ਨੂੰ ਫੜ ਕੇ ਦੇਖਣ ਤੇ ਮਜਬੂਰ ਕਰ ਦਿੰਦੀ ਹੈ ਕਾਰ ਪੈਟਰੋਲ ਦੀ ਹੈ ਹਾਂਜੀ ਪੈਟਰੋਲ ਦੀ ਲੋ ਜੀ ਇੱਕ ਹੈ ਵੀ ਪੈਟਰੋਲ ਦੀ ਹੈ ਤੇ ਪੂਰੀ ਸਾਲ ਅੰਦਰੋਂ ਵੀ ਦਿਖਾਣਾ ਗੁਰਪ੍ਰੀਤ ਘੁੰਦੋ ਵੀਰੇ ਕੋਈ ਜਰ ਵਗੈਰਾ ਤਾਂ ਲੱਗੀ ਹੋਈ ਕਿਤੇ ਕੁਝ ਵੀ ਨਹੀਂ ਹੈਗਾ ਵੀਰੇ 20 ਮਾਡਲ 22 ਮਾਡਲ ਬਰੋਬਰ ਲਿਆ ਕੇ ਗੱਡੀ ਖੜਾ ਲਓ ਤੁਹਾਨੂੰ ਐ ਲੱਗੂਗਾ ਵੀ ਕੋਈ ਫਰਕ ਹੀ ਨਹੀਂ 22 ਦਾ ਪਾਵਰ ਵਿੰਡੋ ਵੀ ਹੈਗੀ ਇਹਦੇ ਵਿੱਚ ਹਾਂਜੀ ਹਾਂਜੀ ਲੋ ਜੀ ਪਾਵਰ ਵਿੰਡੋ ਹੈਗੀ ਹੈ ਕਾਰ ਹਾਂਜੀ ਇੰਜਨ ਗੇਅਰ ਦੀ ਬਾਕੀ ਕਾਗਜ਼ ਪੱਤਰਾਂ ਦੇ ਫੁੱਲ ਗਰੰਟੀ ਨੂੰ ਫੁੱਲ ਜ਼ਿੰਮੇਵਾਰੀ ਹੋਊਗੀ ਬਾਈ ਜੀ ਠੀਕ ਹੈ ਵੀਰੇ ਕੋਈ ਐਂ ਤਾਂ ਨਹੀਂ ਹੋਊਗਾ ਵੀ ਭਾਈ ਕੱਲ ਆਪਾਂ ਵੀਡੀਓ 'ਚ ਕਹਿਣ ਵਾਲੀ ਹੈ ਨਹੀਂ 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 ਸਣੇ ਪੈਸੇ ਵਿੱਚ ਵਿੱਧ ਵਿਆਜ ਵਾਪਸ ਕਰਕੇ ਬਾਈ ਜਦੋਂ ਮਰਜ਼ੀ ਕਾਰ ਖੜਾ ਜਾਏ ਲੋ ਜੀ 50 ਨੰਬਰ ਦੀਆਂ ਕਾਰਾਂ ਲੈਣੀਆਂ ਨੇ ਕਿਸੇ ਵੀ ਬਾਈ ਨੇ ਅਗਰ ਠੀਕ ਹੈ ਜੀ ਤਾਂ ਆਪਣਾ ਪਹਿਲਾਂ ਚੈਨਲ ਸਬਸਕ੍ਰਾਈਬ ਕਰ ਲਿਓ ਘੰਟੇ ਵਾਲਾ ਬਟਨ ਦੱਬ ਲਿਓ ਸ਼ੇਅਰ ਵਾਲਾ ਬਟਨ ਦੱਬ ਲਿਓ ਅਤੇ ਅੱਜ ਆਪਾਂ ਫੇਰ ਖੜਾਂਗੇ ਚੱਠਾ ਮੋਟਰ ਪਿੰਡ ਚੱਠੇ ਵਿੱਚ ਬਾਈ ਹੋਰੀ ਅੱਜ ਆਪਣੇ ਨਾਲ ਨੇ ਗੱਲਬਾਤ ਕਰਦੇ ਬਾਈ ਨਾਲ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਠੀਕ ਠਾਕ ਵੀਰੇ ਬਿਲਕੁਲ ਬਾਈ ਸਵਾਗਤ ਫਿਰ ਆਪਣੇ ਪੇਜ ਉੱਪਰ ਦੂਜੀ ਵਾਰ ਥੈਂਕ ਯੂ ਬਾਈ ਜੀ ਪਹਿਲਾਂ ਵਾਲਾ ਰਿਸਪੌਂਸ ਵਧੀਆ ਰਿਹਾ ਵੀਰੇ ਬਹੁਤ ਵਧੀਆ ਰਿਹਾ ਬਾਈ ਐਂ ਲਾ ਲਓ ਜਿੰਨੇ ਤੁਸੀਂ ਹੈ ਨਾ 10-12 ਦਿਨ ਹੋਏ ਹੋਣੇ ਆਪਾਂ ਨੂੰ ਵੀਡੀਓ ਬਣਾਈ ਨੂੰ ਹਾਂਜੀ ਤੇ ਪਹਿਲਾਂ ਵਾਲੀ ਕਾਰ 'ਚੋਂ ਇੱਕ ਵੀ ਕਾਰ ਨਹੀਂ ਹੈਗੀ ਉਹ ਓਕੇ ਜੀ ਉਦੋਂ ਬਾਅਦ 'ਚ ਵੀ ਤੁਹਾਡੀ ਵੀਡੀਓ ਤੋਂ 8-10 ਕਾਰਾਂ ਆਈਆਂ ਉਹ ਵੀ ਸਾਰੀਆਂ ਵਿੱਚੇ ਠੀਕ ਹੈ ਜੀ ਹਾਂਜੀ ਹਾਂ ਚਲੋ ਐਂ ਵੀ ਇੱਕ ਵਾਰ ਫੇਰ ਆਪਾਂ ਦੁਬਾਰਾ ਅਪਡੇਟ ਦੇ ਦਈਏ ਮਿੱਤਰਾਂ ਨੂੰ ਕਿਉਂਕਿ ਨਵੇਂ ਨਵੇਂ ਮਿੱਤਰ ਦੁਬਾਰਾ ਜੁੜਦੇ ਨੇ ਰੋਜ਼ ਨਵੇਂ ਜੁੜਦੇ ਨੇ ਤਾਂ ਜੋ ਆਪਾਂ ਦੁਬਾਰਾ ਨਵੀਆਂ ਕਾਰਾਂ ਦਿਖਾ ਦਈਏ ਅੱਜ ਸਾਰੀਆਂ 50 ਨੰਬਰ ਦੀ ਰਹਿਣੀਆਂ ਸਾਰੀਆਂ ਪੀਵੀ ਨੰਬਰ ਦੀਆਂ ਬਾਈ ਠੀਕ ਹੈ ਵੀਰੇ ਹਾਂਜੀ ਹਾਂਜੀ ਤੇ ਉਹ ਗੱਲਬਾਤ ਜਿਵੇਂ ਆਪਾਂ ਕਰੀ ਵੀਰੇ ਨਵੇਂ ਮਿੱਤਰ ਜੁੜੇ ਨੇ ਅੱਜ ਆਪਣੇ ਨਾਲ ਠੀਕ ਹੈ ਜੀ ਕੋਈ ਵੀ ਜਿੰਨੇ ਵੀ ਆਪਣੇ ਨਾਲ ਜੁੜ ਗਏ ਹਾਂਜੀ ਇੰਜਨ ਗੇਅਰ ਦੀ ਬਾਕੀ ਕਾਗਜ਼ਾਂ ਪੱਤਰਾਂ ਦੀ ਫੁੱਲ ਗਰੰਟੀ ਰਹੂਗੀ ਫੁੱਲ ਜ਼ਿੰਮੇਵਾਰੀ ਰਹੂਗੀ ਬਾਈ ਜੀ ਠੀਕ ਹੈ ਵੀਰੇ ਕੋਈ ਐਂ ਤਾਂ ਨਹੀਂ ਹੋਊਗਾ ਵੀ ਭਾਈ ਕੱਲ ਆਪਾਂ ਵੀਡੀਓ 'ਚ ਕਹਿਣ ਵਾਲੀ ਹੈ ਨਹੀਂ 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 ਸਣੇ ਪੈਸੇ ਵਿੱਚ ਵਿੱਧ ਵਿਆਜ ਵਾਪਸ ਕਰਕੇ ਬਾਈ ਜਦੋਂ ਮਰਜ਼ੀ ਕਾਰ ਖੜਾ ਜਾਏ ਹਾਂਜੀ ਲੋ ਜੀ ਦੋਸਤੋ ਇਸ ਤੋਂ ਵੱਡੀ ਗਰੰਟੀ ਕੋਈ ਨਹੀਂ ਬਾਕੀ ਬੈਠੇ ਆਪਾਂ ਬਾਈ ਦੇ ਘਰੇ ਹਾਂਜੀ ਹੈ ਨਾ ਜੀ ਸਭ ਤੋਂ ਵੱਡੀ ਸਿਕਿਉਰਿਟੀ ਇਹੀ ਹੁੰਦੀ ਬਾਈ ਯਾਰ ਬੰਦਾ ਆਪਦਾ ਘਰੇ ਬੈ ਕੇ ਕੰਮ ਕਰਦਾ ਹੈ ਨਾ ਜੀ ਹਾਂਜੀ ਹਾਂਜੀ ਬਾਈ ਬਾਕੀ ਬਾਈ ਜੀ ਗੱਲਬਾਤ ਕਰਦੇ ਹਾਂ ਦੇਖੋ ਆਪਾਂ ਪੰਜਾਬੀ ਭਰਾ ਠੀਕ ਹੈ ਜੀ ਪਿੰਡ ਵਾਲੇ ਬੰਦੇ ਦਾ ਵਿਚਾਰੇ ਉਹ ਵੀ ਸਾਹ ਹੁੰਦੇ ਨੇ ਸਾਹ ਹੁੰਦੇ ਨੇ ਬਾਈ ਤੇ ਬਾਈ ਜੀ ਪਹਿਲੀ ਕਾਰ ਦੀ ਕੀ ਡਿਟੇਲ ਹੈ ਜੀ ਇਹ ਵੀਰੇ 2016 ਮਾਡਲ ਹੈਗੀ ਹਾਂਜੀ ਤੇ 12ਵੇਂ ਮਹੀਨੇ ਦੀ ਕਾਰ ਹੈਗੀ 16 ਡਿਜ਼ਾਇਰ ਹਾਂਜੀ ਹਾਂਜੀ ਡੀਜ਼ਲ ਦੀ ਹੈ ਵੀਰੇ ਡੀਜ਼ਲ ਦੀ ਹੈ ਵੀਰੇ ਓਕੇ ਜੀ ਸੈਕੰਡ ਓਨਰ ਹੈ ਬਾਈ ਇਹ ਨਵੇਂ ਵਰਗੇ ਟਾਇਰ ਨੇ ਇੰਜਨ ਗੇਅਰ ਦੀ ਓਕੇ ਠੀਕ ਹੈ ਜੀ ਹਾਂਜੀ ਪੈਂਟ ਦੀ ਓਰੀਜਨਲ ਜੀ ਚੱਲੀ ਵਗੈਰਾ ਕਿੰਨੀ ਹੋਈ ਹੈ ਇਹ ਵੀਰੇ 70,000 ਚੱਲੀ ਹੋਈ ਹੈ ਜੈਨੂਨ 70,000 ਹਾਂਜੀ ਹਾਂਜੀ ਪੇਂਟ ਛੇਂਟ ਹੈਗੇ ਮਾੜੀ ਮੋਟੀ ਪੇਂਟ ਛੇਂਟ ਇੱਕ ਦੋ ਪੀਸ ਹੈਗੇ ਨੇ ਬਾਈ ਬੰਪਰ ਤੇ ਇੱਕ ਫੈਂਡਰ ਬਾਕੀ ਗੱਡੀ ਜੈਨੂਨ ਹੈਗੀ ਠੀਕ ਹੈ ਇੰਜਨ ਪੂਰਾ ਇੰਜਨ ਗੇਅਰ ਦੀ ਬਿਲਕੁਲ ਓਕੇ ਹੈ ਬਾਈ ਆਪਾਂ ਬੋਨਟ ਖੋਲ ਦਈਏ ਅੱਜ ਪਹਿਲੇ ਬਿਲਕੁਲ ਖੋਲ ਲਓ ਜੀ ਪਹਿਲੀ ਕਾਰ ਦਾ ਬੋਨਟ ਖੋਲ ਲਓ ਜੀ ਆਪਾਂ ਬੋਨਟ ਖੋਲ ਕੇ ਦਿਖਾਉਣੇ ਆ ਕਿਉਂਕਿ ਵਾਰੀ ਵਾਰੀ ਮਿੱਤਰ ਕਹਿੰਦੇ ਨੇ ਬਾਈ ਜੀ ਸਾਨੂੰ ਕੁਝ ਵੱਧ ਦਿਖਾਇਆ ਕਰੋ ਕਾਰ ਦਾ ਠੀਕ ਹੈ ਜੀ ਲਓ ਜੀ ਦੋਸਤੋ ਠੀਕ ਹੈ ਜੀ 50 ਨੰਬਰ ਕਾਰ ਹੈਗੀ ਬਿਲਕੁਲ ਆਪਾਂ ਕਹਿ ਦਈਏ ਨਵੀਂ ਵਰਗੀ ਵੀ ਨਹੀਂ ਲੱਥੇ ਵੀਰੇ ਹਜੇ ਤੱਕ ਆ ਦੇਖੋ ਓਕੇ ਜੀ ਇੰਜਨ ਦੇ ਸਟicker ਬਿਲਕੁਲ ਉਹੋ ਜੀ ਪਏ ਨੇ ਵੀ ਮਤਲਬ ਕਹਿ ਦਈਏ ਵੀ ਪੂਰੀ ਸੀਲ ਪੈਕ ਹੈ ਹਾਂਜੀ 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 ਓਕੇ ਵੀਰੇ ਲੋ ਜੀ ਦੋਸਤੋ ਬੋਨਟ ਵਗੈਰਾ ਬਿਲਕੁਲ ਠੀਕ ਹੈ ਜੀ ਇਹ ਵੀ ਨਾਲ ਦਾ ਤੁਹਾਨੂੰ ਇਸ ਪੱਖੋਂ ਵੀ ਕੋਈ ਦਿੱਕਤ ਨਹੀਂ ਆਣੀ ਹੈਗੀ ਬੈਟਰੀ ਦੀ ਕੋਈ ਦਿੱਕਤ ਨਹੀਂ ਬੈਟਰੀ ਨਵੀਂ ਪਈ ਹੈ ਬੈਟਰੀ ਤੇ ਬਾਕੀ ਯਾਰ ਹੋਰ ਤਾਂ ਇੱਕ ਚੀਜ਼ ਰਹਿ ਗਈ ਉਦੋਂ ਬਾਅਦ ਤਾਂ ਨਾ ਵੀਰੇ ਵੀ ਲੈ ਕੇ ਜਾਣੀ ਹੈ ਹਾਂਜੀ ਲੈ ਕੇ ਜਾਣੀ ਲੈ ਕੇ ਜਾਣੀ ਹੈ ਕਿੰਨੇ ਮੁੱਲ ਦੀ ਕਾਰ ਹੈ ਵੀਰੇ ਇਹ ਵੀਰੇ 5,15,000 ਰੁਪਏ ਦੀ 5,15,000 ਦੀ 16 ਮਾਡਲ ਹਾਂਜੀ ਹਾਂਜੀ ਸਾਰੀ ਮੰਨ ਲਓ ਬਈ 12ਵੇਂ ਮਹੀਨੇ ਦੀ ਕਾਰ ਹੈਗੀ 12ਵੇਂ ਮਹੀਨੇ ਦੀ ਆ ਹਾਂਜੀ ਹਾਂਜੀ ਠੀਕ ਹੈ ਵੀਰੇ ਲੋ ਜੀ ਦੋਸਤੋ ਵਧੀਆ ਕਾਰ ਵੀ ਹੈ ਟਾਇਰਾਂ ਦੀ ਕੰਡੀਸ਼ਨ ਠੀਕ ਪਈ ਆ ਤੇ ਉਸ ਤੋਂ ਬਾਅਦ ਅਗਲੀ ਕਾਰ ਦੀ ਗੱਲ ਕਰੀਏ ਸਵਿਫਟ ਹੈ ਵੀਰੇ ਹਾਂਜੀ ਬਈ ਅਲਾਏ ਲੱਗੇ ਹੋਏ ਨੇ ਹਾਂਜੀ ਹਾਂਜੀ ਕੀ ਰਿਟੇਲ ਹੈ ਵੀਰੇ ਦੀ ਇਹ ਵੀਰੇ 2016 ਮਾਡਲ ਹੈਗੀ ਫਸਟ ਓਨਰ ਦੀ ਕਾਰ ਹੈਗੀ ਓਕੇ ਜੀ ਹਾਂਜੀ ਤੇ ਫੁੱਲ ਇੰਸ਼ੋਰੈਂਸ ਦੋਨੇ ਚਾਬੀਆਂ ਬਈ ਫੁੱਲ ਇੰਸ਼ੋਰੈਂਸ ਹਾਂਜੀ ਹਾਂਜੀ ਤੇ ਗੱਲਬਾਤ ਕਰੀਏ ਵੀਰੇ ਜਿਵੇਂ ਵੀ ਕਹ ਦਈਏ ਪੇਂਟ ਛੇਂਟ ਪੇਂਟ ਛੇਂਟ ਇੱਕ ਅੱਧਾ ਪੀਸ ਹੋਊਗਾ ਵੀਰੇ ਓਕੇ ਜੀ ਸਾਰੀ ਕਾਰ ਚੋਂ ਠੀਕ ਹੈ ਫੈਂਡਰ ਸੈਂਡਰ
जिहड़े मित्र बाई जी ये कहिंदे ने बाई जी सानू डीजल दसो पेट्रोल दसो, ओही गल डीजल की कार हैगी अंदरों देख रहे अंदरों बिल्कुल साफ हैगी, ओरिजिनल स्टीरियो लग्या है कंपनी का, ठीक है जी, ओवरऑल कंडीशन देख रहे बिल्कुल साफ सुथरी कार हैगी। तो गुरप्रीत थोनू दिखा रहा कार नू, ते इहदा भी आपां थोनू बोंड खोल के दिखा दिए, लो जी कंडीशन थोड़े सामने हैगी, आ जाओ भाई कंडीशन भाई जी साफ सुथरी कार हैगी देख रहे आपां, बाकी लीकेज वगैरह कोई नहीं इंजन दे विच देख रहे, सील पक्की है वीरे, ठीक है वीरे, लो जी बोंड भी नाल है ना जी, ओके वीरे, कितना मुल्ला वीरे, 16 मॉडल है ਵੀਰੇ ਦੇ ਦਾਂ ਕਾਰ 5 ਲੱਖ ਰੁਪਏ ਦੀ 5 ਲੱਖ ਦੀ 16 ਮਾਡਲ ਹਾਂਜੀ ਹਾਂਜੀ ਜੀ ਲੋ ਜੀ 16 ਮਾਡਲ ਹੈ ਪਹਿਲੇ ਨਾਂ ਦੀ ਕਾਰ ਹੈ ਟਾਇਰ ਵਧੀਆ ਪਏ ਨੇ ਇੰਸ਼ੋਰੈਂਸ ਫੁੱਲ ਪਿਆ ਬਾਈ ਕਹਿੰਦਾ ਤੇ ਪੇਂਟ ਸ਼ੇਂਟ ਹੈਗੇ ਮਾੜੀ ਮੋਟੀ ਵੀਰੇ ਬੰਪਰ ਦੀ ਸੌਣੀ ਖਾਂਦੇ ਬਾਕੀ ਗੱਡੀ ਓਰੀਜਨਲ ਹੈਗੀ ਠੀਕ ਹੈ ਜੀ ਹਾਂਜੀ ਹਾਂਜੀ ਬਾਈ ਲੋ ਜੀ 5 ਲੱਖ ਰੁਪਏ ਮੁੱਲ ਹੈ ਜੀ ਉਸ ਤੋਂ ਬਾਅਦ ਅਗਲੀ ਕਾਰ ਹੈ ਗੇਨ ਸਵਿਫਟ 2012 ਮਾਡਲ ਹੈ ਵੀਰੇ 2012 ਹੈਗੀ ਹਾਂਜੀ ਓਕੇ ਫਰੰਟ ਸ਼ੀਸ਼ਾ ਵੀ ਨਾਲ ਦਾ ਪਿਆ ਵੀਰੇ ਹਜੇ ਤੱਕ ਕਾਰ ਦੇ ਅਲਾਏ ਲੱਗੇ ਹੋਏ ਨੇ ਲੋ ਜੀ PV65 ਮਹਾਲੀ ਦਾ ਨੰਬਰ ਠੀਕ ਹੈ ਜੀ 3355 ਕਾਰ ਦਾ ਜਿਹੜਾ ਨੰਬਰ ਹੈ ਨੰਬਰ ਵੀ ਵਧੀਆ ਹੈਗਾ ਹਾਂਜੀ ਹਾਂਜੀ ਬਾਈ ਤੇ ਟਾਇਰ ਵੀ ਵਧੀਆ ਨੇ ਲੇਡੀ ਨਾਂ ਤੇ ਕਾਰ ਹੈ ਵੀਰੇ ਲੇਡੀ ਹੱਥ ਚੱਲੀ ਹੈ ਕਾਰ ਓਕੇ ਚੱਲੀ ਕਿੰਨੀ ਜੀ ਇਹ ਚੱਲੀ ਹੈ ਵੀਰੇ 82000 80-82000 ਕਿਲੋਮੀਟਰ ਠੀਕ ਹੈ ਵੀਰੇ ਲੋ ਜੀ ਇੱਕ ਵਾਰ ਤੁਹਾਨੂੰ ਅੰਦਰੋਂ ਇਹ ਵੀ ਦਿਖਾ ਦਈਏ ਅੰਦਰੋਂ ਕੰਡੀਸ਼ਨ ਇਹਦੀ ਵੀ ਪੂਰੀ ਸਾਫ਼ ਪਈ ਆ ਲੋ ਜੀ ਓਰੀਜਨਲ ਸਟੀਰੀਓ ਹੈਗਾ ਇਹ ਇਹ ਵੀੜੀ ਹੈ ਵੀਰੇ ਨਾ ਇਹ ਹਾਂਜੀ ਹਾਂਜੀ ਓਕੇ ਜੀ ਵੀਡੀਓ ਇਹ ਡੀਜ਼ਲ ਦੀ ਕਾਰ ਆ ਬਾਈ ਜੀ ਲੋ ਜੀ ਸਾਫ਼ ਸੁਥਰੀ ਆ ਸੀਟ ਕਵਰ ਵਗੈਰਾ ਵਧੀਆ ਪਏ ਨੇ ਇਹਦੇ ਵੀ ਅਤੇ ਬਾਕੀ ਮੈਟਿੰਗ ਵਗੈਰਾ ਓਕੇ ਹੈ ਵੀ ਠੀਕ ਹੈ ਜੀ ਡੀਜ਼ਲ ਦੀ ਕਾਰ ਹੈਗੀ ਕਿਸੇ ਨੂੰ ਵੀ ਕਾਰ ਚਾਹੀਦੀ ਹੈਗੀ ਬਾਈ ਜੀ ਸਕਰੀਨ ਦੇ ਉੱਪਰ ਨੀਚੇ ਨੰਬਰ ਚੱਲ ਰਹੇ ਨੇ ਤੁਸੀਂ ਚੈੱਕ ਕਰ ਸਕਦੇ ਹੋਗੇ ਦੇਖੋ ਬਾਈ ਲਓ ਜੀ ਬਾਈ ਕੰਡੀਸ਼ਨ ਪੂਰੀ ਵਧੀਆ ਕਾਰ ਦੀ ਗੋਡੇ ਪਿੱਲਰ ਹੁੰਦੇ ਨੇ ਮੇਨ ਠੀਕ ਹੈ ਜੀ ਉਹ ਸਾਫ਼ ਨੇ ਬਾਕੀ ਵਧੀਆ ਸੀਲਿੰਗ ਓਕੇ ਕਾਰ ਦੀ ਕਿੰਨਾ ਮੁੱਲ ਹੈ ਵੀਰੇ ਕਾਰ ਦਾ 3,75,000 ਰੁਪਏ 3,75,000 ਪੰਜਾਬ ਨੰਬਰ ਇੰਸ਼ੋਰੈਂਸ ਵਗੈਰਾ ਪਿਆ ਵੀਰੇ ਫੁੱਲ ਇੰਸ਼ੋਰੈਂਸ ਬਾਈ ਦੋ ਚਾਰ ਫੁੱਲ ਇੰਸ਼ੋਰੈਂਸ ਪਿਆ ਲਓ ਜੀ ਪੰਜਾਬ ਨੰਬਰ ਦੀ ਕਾਰ ਹੈਗੀ ਠੀਕ ਹੈ ਜੀ ਬਾਕੀ ਬਾਈ ਜੀ ਇੱਕ ਗੱਲ ਹੋਰ ਕਰਦਾ ਜਿਹੜੇ ਮਿੱਤਰ ਦੇਖੋ ਕਮੈਂਟ ਤਾਂ ਇਹਦੇ ਆਉਂਦੇ ਹੁੰਦੇ ਨੇ ਬਾਈ ਕਹਿਣਗੇ ਮਹਿੰਗੀ ਹੈ ਮਹਿੰਗੀ ਹੈ ਮਹਿੰਗੀ ਆ ਹਨਾ ਵੀਰੇ ਕਾਰ ਵੀ ਸੋਹਣੀ ਆ ਬਾਈ ਕਾਰ ਵਧੀਆ ਹੋਣੀ ਚਾਹੀਦੀ ਆ ਠੀਕ ਹੈ ਜੀ ਜੋ ਤੁਸੀਂ ਆਉਂਗੇ ਸੈਲਫ ਮਾਰ ਕੇ ਦੇਖੋਗੇ ਪਹਿਲੀ ਝੂਟੇ ਬੰਦਾ ਕਹੇ ਵੀ ਹਾਂ ਵੀ ਇਹਦੇ ਵਰਗੀ ਚੀਜ਼ ਨਹੀਂ ਕੋਈ ਠੀਕ ਹੈ ਜੀ ਸਾਊਂਡ ਦੀ ਪਛਾਣ ਹੋਣੀ ਚਾਹੀਦੀ ਆ ਬੰਦੇ ਨੂੰ ਚਲਾਵਾ ਵਧੀਆ ਹੋਣਾ ਚਾਹੀਦਾ ਐਸੀ ਵਰਗੀ ਕਾਰ ਮਿਲ ਜਾਏ ਕੋਈ ਦਿੱਕਤ ਨਹੀਂ ਚਾਹੇ ਬੰਦਾ ਠੀਕ ਹੈ ਜੀ 12 ਲੈਣ ਜਾ ਰਿਹਾ ਠੀਕ ਹੈ ਜੀ ਤਾਂ ਉਹਦੀ ਥਾਂ 'ਤੇ 8 ਮਾਡਲ ਕਾਰ ਵੀ ਮਿਲ ਜਾਏਗੀ ਕੰਡੀਸ਼ਨ ਵਧੀਆ ਹੋਵੇ ਉਹ ਕਾਰ ਲੈਣੀ ਚਾਹੀਦੀ ਹੈਗੀ ਅਗਲੀ ਕਾਰ ਅਗੇਨ ਇੱਕ ਸਵਿਫਟ ਵੀਰੇ ਦੀ ਕੀ ਡਿਟੇਲ ਹੈ 2013 ਮਾਡਲ ਹੈ ਵੀਰੇ ਹਾਂਜੀ ਓਨਰ ਥਰਡ ਹੈ ਕਾਰ ਚਾਰ ਚਲਾਵੇ ਦੀ ਇੱਕ ਪੈਸੇ ਦੀ ਕਮੀ ਨਹੀਂ ਗੱਡੀ ਠੀਕ ਹੈ ਵੀਰੇ ਹਾਂਜੀ ਵਿੱਚ ਬੰਦੇ ਓਨਰ ਦਾ ਦਿੱਕਤ ਮੰਨਦੇ ਨੇ ਹਨਾ ਬਾਈ ਹਾਂਜੀ ਹਾਂ ਤੇ ਜਿਹਨੇ ਘਰੇ ਰੱਖਣੀ ਹੈ ਚਲਾਉਣੀ ਹੈ ਯਾਰ ਓਨਰ ਨੇ ਕਿਹੜਾ ਚੱਲਣਾ ਹੁੰਦਾ ਹੈਗਾ ਇਹ ਤਾਂ ਹੈ ਹੀ ਮਾਡਲ ਸੀਗਾ 2013 ਮਾਡਲ 13 ਮਾਡਲ ਤੇ ਚਲੋ ਇਹਦਾ ਰੇਟ ਵੀ ਫਿਰ ਉਸ ਹਿਸਾਬ ਨਾਲ ਦੇ ਦਾਂਗੇ ਨਾ ਹਾਂਜੀ ਹਾਂਜੀ ਬਾਈ ਲਓ ਬਾਈ ਜੀ ਚੱਲੀ ਕਿੰਨੀ ਕੋਈ ਵੀਰੇ ਇਹ ਚੱਲੀ ਵੀਰੇ ਲੱਖ ਪਲੱਸ ਚੱਲੀ ਹੋਈ ਹੈ ਲੱਖ ਪਲੱਸ ਹਾਂਜੀ 1.5 ਲੱਖ ਤੋਂ ਥੱਲੇ ਹੈ ਹਾਂਜੀ 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 1.5 ਲੱਖ ਤੋਂ ਥੱਲੇ ਬਾਈ ਜੀ 1 ਲੱਖ ਤੋਂ ਉੱਤੇ ਠੀਕ ਹੈ ਜੀ 1.5-1.5 ਲੱਖ ਕਿਲੋਮੀਟਰ ਜਿਹੜੀ ਕਾਰ ਚੱਲੀ ਹੋਈ ਹੈ ਆਪਾਂ ਤੁਹਾਨੂੰ ਅੰਦਰੋਂ ਦਿਖਾ ਦਈਏ ਇੱਕ ਵਾਰੀ ਵੀ ਲਓ ਜੀ ਅੰਦਰੋਂ ਆਪਾਂ ਤੁਹਾਨੂੰ ਦਿਖਾ ਰਹੇਗੇ ਅੰਦਰੋਂ ਸੀਟ ਕਵਰ ਵਗੈਰਾ ਸਾਫ਼ ਪਏ ਨੇ ਬਾਕੀ ਆਪਾਂ ਕਹਿ ਦਈਏ ਕੰਡੀਸ਼ਨ ਵਧੀਆ ਪਈ ਹੈ ਕਾਰ ਦੀ ਬਾਕੀ ਬਾਈ ਕਹਿੰਦਾ ਜਿਵੇਂ ਬਾਈ ਜੀ 1 ਪੈਸੇ ਦੀ ਕਮੀ ਨਹੀਂ ਕਾਰ ਦੇ ਵਿੱਚ ਉਹੀ ਗੱਲ ਹੈਗੀ ਵਧੀਆ ਕਾਰ ਆ ਸਾਫ਼ ਕਾਰ ਅਤੇ 50 ਨੰਬਰ ਦੀ ਕਾਰ ਆ ਠੀਕ ਹੈ ਬਾਈ ਜੀ ਅਤੇ ਇਹਦਾ ਮੁੱਲ ਦੀ ਗੱਲਬਾਤ ਕਰਾਂਗੇ ਬਾਈ ਜੀ ਕਿੰਨੇ ਮੁੱਲ ਦੀ ਕਾਰ ਦੋਗੇ ਸਾਨੂੰ ਇਹ ਵੀਰੇ 2,95,000 ਦੀ ਗੱਡੀ 13 ਮਾਡਲ 2,95,000 ਮਾਡਲ ਦੀ ਗੱਲ ਕਰੀ ਜਿਵੇਂ ਠੀਕ ਹੈ ਜੀ 13 ਮਾਡਲ ਇਹ 13 ਮਾਡਲ 13.5 ਮਾਡਲ ਹੈ ਹਾਂਜੀ ਹਾਂਜੀ ਠੀਕ ਹੈ ਜੀ ਮਤਲਬ ਵੀ ਅੱਧ ਦੇ ਵਿੱਚ ਜੇ ਨਿਕਲੀ ਹੋਈ ਹੈ ਕਾਰ ਤੇ 2,95,000 ਦੀ ਲਓ ਜੀ ਬਾਈ ਜੀ ਇੰਨੀ ਸਸਤੀ ਕਾਰ ਕਿਤੋਂ ਨਹੀਂ ਮਿਲ ਸਕਦੀ ਬਾਕੀ ਓਨਰ ਤੀਜੇ ਹੈਗੀ ਕੋਈ ਇਹ ਵੀ ਨਹੀਂ ਕੋਈ ਬਹੁਤੇ ਵੀ ਚੌਥੇ ਪੰਜਵੇਂ ਹੋ ਗਏ ਨਾ ਜੀ ਤੀਜੇ ਓਨਰ ਇੰਨੀ ਕੁ ਤਾਂ ਆਮ ਜੀ ਗੱਲ ਹੋ ਜਾਂਦੀ ਹੁੰਦੀ ਹੈਗੀ ਤੇ 2,95,000 ਮੁੱਲ ਕਾਰ ਦਾ ਵਧੀਆ ਜੀ ਉਸ ਤੋਂ ਬਾਅਦ ਨਵੀਂ ਸ਼ੇਪ ਦੀ ਕਾਰ ਆ ਗਈ ਆਪਣੇ ਲਵੇ ਸਵਿਫਟ ਹੈ ਜੀ 19 ਮਾਡਲ ਹੈ ਵੀਰੇ 19 ਮਾਡਲ ਪੈਟਰੋਲ ਹੈ ਜਾਂ ਡੀਜ਼ਲ ਹੈ ਡੀਜ਼ਲ ਦੀ ਹੈ ਵੀਰੇ ਫਸਟ ਓਨਰ ਜਿਹੜੀ ਪਹਿਲਾਂ ਲਿਖਾਈ ਉਹ ਵੀ ਡੀਜ਼ਲ ਉਹ ਵੀ ਡੀਜ਼ਲ ਦੀ ਸਾਰੀ ਡੀਜ਼ਲ ਦੀਆਂ ਨੇ ਬਾਈ ਓਕੇ ਜੀ ਫਸਟ ਓਨਰ ਹੈ ਜੀ ਹਾਂਜੀ ਬਾਈ ਲਓ ਜੀ PV48 ਨੰਬਰ ਹੈ ਕੰਡੀਸ਼ਨ ਆਪਾਂ ਦੇਖ ਰਹੇ ਹਾਂ ਪੂਰੀ ਸਾਫ਼ ਸੁਥਰੀ ਕਾਰ ਆ ਚਾਲ ਚਲਾਵਾ ਵਧੀਆ ਵੀਰੇ ਬਿਲਕੁਲ ਨਵੀਂ ਹੈ ਕਾਰ ਵੀਰੇ ਚੱਲੀ ਕੁਛ ਨਹੀਂ ਹੋਈ ਹਾਂ ਕਿੰਨੀ ਚੱਲੀ ਹੋਈ 76000 ਚੱਲੀ ਹੈ ਵੀਰੇ 76000 ਕਿਲੋਮੀਟਰ ਹਾਂਜੀ ਫਸਟ ਪਾਰਟੀ ਹੈ ਵੀਰੇ ਲਓ ਜੀ ਆਜੋ ਗੁਰਪ੍ਰੀਤ ਨੇ ਇੱਕ ਵਾਰ ਅੰਦਰੋਂ ਦਿਖਾ ਦਾਂਗੇ ਆਪਾਂ ਤੇ ਤੁਸੀਂ ਕਹੋਗੇ ਬਾਈ ਜੀ ਵੀ ਅੰਦਰੋਂ ਨਹੀਂ ਦਿਖਾਉਂਦੇ ਠੀਕ ਹੈ ਜੀ ਆਪਾਂ ਤੁਹਾਨੂੰ ਇਸ ਕਰਕੇ ਅੰਦਰੋਂ ਦਿਖਾਉਣ ਲੱਗ ਰਹੇਗੇ ਲਓ ਜੀ ਦੋਸਤੋ ਕੰਡੀਸ਼ਨ ਪੂਰੀ ਨਵੀਂ ਵਰਗੀ ਠੀਕ ਹੈ ਜੀ ਸ਼ੋਰੂਮ ਕੰਡੀਸ਼ਨ ਦੀ ਕਾਰ ਹੈਗੀ ਅਤੇ ਵਧੀਆ ਕਾਰ ਹੈਗੀ ਤੁਹਾਨੂੰ ਆਪਾਂ ਇਹਦਾ ਵੀ ਇੰਜਣ ਆਪਾਂ ਦਿਖਾਈ ਦਈਏ ਲਓ ਜੀ ਆ ਜਾਓ ਜੀ ਦੇਖੋ ਬਾਈ ਸਾਫ਼ ਪੂਰੀ ਸਾਫ਼ ਆਪਾਂ ਕਹਿ ਦਈਏ ਬਾਈ ਜੀ ਕੋਈ ਲੀਕੇਜ ਨਹੀਂ ਕੋਈ ਕੁਛ ਨਹੀਂ ਅਤੇ ਵਧੀਆ ਕਾਰ ਹੈਗੀ ਇਹਦਾ ਕਿੰਨਾ ਮੁੱਲ ਮੰਗਦੇ ਵੀਰੇ
ਗੱਲਬਾਤ ਕਰਦਿਆਂ ਆ ਗੱਡੀ ਦੀ ਅਲਾਏ ਵਗੈਰਾ ਦੇਖਣੇ ਲੱਗੇ ਹੋਏ ਨੇ, ਇਹ ਵੀ ਪੰਜਾਬ ਨੰਬਰ ਹੈ, ਕੀ ਰਿਟੇਲ ਹੈ ਵੀਰੇ ਦੀ ਸਵਿਫਟ ਦੀ? ਇਹ ਵੀਰੇ 2017 ਮਾਡਲ ਹੈ, ਸੈਕੰਡ ਓਨਰ ਦੀ ਕਾਰ ਹੈਗੀ, ਅਲਾਏ ਟਾਇਰ ਅਲੱਗ ਤੋਂ ਲੱਗੇ ਹੋਏ ਨੇ, ਬਿਲਕੁਲ ਨਵੇਂ ਵੀਰੇ। ਠੀਕ ਹੈ ਜੀ। ਤੇ 45,000 ਕਿਲੋਮੀਟਰ ਗੱਡੀ ਚੱਲੀ ਹੈ ਓਰੀਜਨਲ। ਸਿਰਫ 45,000, ਜਿੱਥੇ ਮਰਜ਼ੀ ਜਾ ਕੇ ਵੀਰੇ ਮੀਟਰ ਚੈੱਕ ਕਰਵਾ ਸਕਦਾ ਹੈ। ਟਾਇਰ ਵੀ ਫਿਰ ਤਾਂ ਦੂਜੀ ਵਾਰ ਲੱਗੇ, ਦੂਜੀ ਵਾਰ ਟਾਇਰ ਲੱਗੇ, ਮਿਚਲਨ ਦੇ ਵਧੀਆ ਟਾਇਰ। ਹਾਂਜੀ 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 ਬਾਈ, ਅਲਾਏ ਲੱਗੇ ਹੋਏ ਨੇ। ਦੋਸਤੋ ਵਧੀਆ ਕਾਰ, ਇੰਸ਼ੋਰੈਂਸ ਵਗੈਰਾ ਪਿਆ ਹੋਊਗਾ? ਫੁੱਲ ਇੰਸ਼ੋਰੈਂਸ ਹੈ ਵੀਰੇ। ਓਕੇ, ਹਾਂਜੀ ਹਾਂਜੀ। ਵੀਡੀਆਈ ਹੈ ਕਿਹੜੀ? ਵੀਰੇ ਵੀਡੀਆਈ ਹੈ। ਅੱਛਾ, ਡੀਜ਼ਲ ਦੀ? ਹਾਂਜੀ ਡੀਜ਼ਲ ਦੀ ਵੀਡੀਆਈ। ਓਕੇ ਜੀ, ਹਾਂਜੀ। ਗੁਰਪ੍ਰੀਤ ਕਹੂੰਗਾ ਅੰਦਰ ਦਿਖਾਊਗਾ, ਅੰਦਰੋਂ ਦੇਖ ਰਿਹਾ ਕਾਰ ਨੂੰ, ਬਾਕੀ ਹੈ 17 ਮਾਡਲ ਦੱਸਿਆ ਬਾਈ ਨੇ ਬਾਈ ਜੀ, ਕੰਡੀਸ਼ਨ ਤਾਂ ਅੰਦਰੋਂ ਲਾਜਵਾਬ ਹੈ, ਅਤੇ ਬਾਕੀ ABS ਵਗੈਰਾ ਸਾਰਾ ਕੁਛ ਹੁੰਦਾ ਕਾਰ ਦੇ ਵਿੱਚ, ਅਤੇ ਵਧੀਆ ਕਾਰ ਪੂਰੀ। ਠੀਕ ਹੈ ਬਾਈ ਜੀ, ਕਿੰਨਾ ਮੁੱਲ ਹੈ ਵੀਰੇ ਦਾ? ਵੀਰੇ ਗੱਡੀ ਦੇ ਦਾਂਗੇ 5,75,000 ਦੀ। 5,75,000 ਚਲੋ ਜੀ, 17 ਮਾਡਲ 5,75,000 ਦੀ ਵਧੀਆ ਕਾਰ ਹੈ, ਮੇਰਾ ਨੰਬਰ ਹੈ। ਹਾਂਜੀ, ਠੀਕ ਹੈ ਬਾਈ, ਚੱਲੀ ਆਪਾਂ ਅਗਲੀ ਕਾਰ ਕਰਨੀ। ਹਾਂਜੀ, ਅਗਲੀ ਵੀ ਸਵਿਫਟ ਆ ਜਾਓ। ਲਓ ਜੀ, ਅੱਜ ਦੀ ਇਸ ਵੀਡੀਓ ਦੀ ਲਾਸਟ ਸਵਿਫਟ ਕਾਰ ਹੈ, ਇਹਦੀ ਕੀ ਰਿਟੇਲ ਹੈ ਵੀਰੇ? ਇਹ ਵੀਰੇ 2012 ਮਾਡਲ ਹੈਗੀ, ZDE ਹੈ ਟੌਪ ਮਾਡਲ, ਸੈਕੰਡ ਓਨਰ ਹੈ। ਹਾਂਜੀ, ਫਰੰਟ ਸ਼ੀਸ਼ੇ ਤੋਂ ਲੈ ਕੇ ਸਾਰੇ ਸ਼ੀਸ਼ੇ ਨਾਲ ਦੇ ਨੇ ਵੀਰੇ। ਓਕੇ ਵੀਰੇ, ਪੇਂਟ ਦੀ ਓਰੀਜਨਲ ਹੈ ਕਾਰ। ਓਕੇ ਵੀਰੇ, ਹਾਂਜੀ। ਬਾਕੀ ਫਰੰਟ ਬੰਪਰ ਵਗੈਰਾ ਇਹਦਾ ਹੋਣਗੇ? ਪੇਂਟ ਸ਼ੇਂਟ ਤਾਂ ਹੋ ਸਕਦੇ ਨੇ ਵੀਰੇ। ਓਕੇ, ਹਾਂ ਹੈਗੇ ਨਾਲ ਦੇ ਨੇ, ਓਰੀਜਨਲ ਨੇ। ਠੀਕ ਹੈ ਜੀ। ਹਾਂਜੀ ਹਾਂਜੀ ਬਾਈ, ਕਿੰਨਾ ਮੁੱਲ ਹੈ ਵੀਰੇ? ਇਹ ਵੀਰੇ ਗੱਡੀ ਦੇ ਦਾਂਗੇ 3,72,000 ਰੁਪਏ ਦੀ। 3,72,000? ਹਾਂਜੀ ਹਾਂਜੀ। ਉਹ ਜੀ, 3,72,000 ਮੁੱਲ ਆ ਕਾਰ ਦਾ। ਅਤੇ ਗੱਲਬਾਤ ਕਰੀਏ, ਗੱਡੀ ਸਾਫ਼ ਆ ਪੂਰੀ, ਠੀਕ ਹੈ ਜੀ, ਇਹਨੂੰ ਆਪਾਂ ਅਨਲੋਕ ਕਰ ਲਈਏ, ਇੱਕ ਵਾਰ ਲੋਕ ਖੜੀਏਗੀ। ਅਤੇ ਇਹ ਡੀਜ਼ਲ ਦੀ ਕਾਰ ਹੈ ਨਾ ਵੀਰੇ? ਹਾਂਜੀ ਹਾਂਜੀ ਬਾਈ, ਡੀਜ਼ਲ ਦੀ ਕਾਰ ਹੈ, ਟੌਪ ਮਾਡਲ ਹੈ ਬਾਈ ਜੀ, ਟੌਪ ਮਾਡਲ ਹੈ। ਹਾਂਜੀ, ਅੱਗੋਂ ਪਿੱਛੋਂ ਗੁਰਪ੍ਰੀਤ ਦਿਖਾ ਰਿਹਾ ਹੋਊਗਾ, PB03 ਦੇਖੋ, ਠੀਕ ਹੈ ਬਾਈ ਜੀ, ਅਤੇ ਗੱਡੀ ਸਾਫ਼ ਸੁਥਰੀ ਹੈ। ਹਾਂਜੀ ਹਾਂਜੀ, ਕੰਪਨੀ ਦੇ ਫੈਬਰਿਕ ਦੇ ਨਾਲ ਕਾਰ ਮਿਲਦੀ ਹੈਗੀ, ਇਹ ਹਾਲੇ ਮੈਨੂੰ ਐਂ ਲੱਗਦਾ ਮੈਂ ਆਈ ਹੁੰਦੀ ਹੈ। ਹਾਂਜੀ ਹਾਂਜੀ ਬਾਈ, ਠੀਕ ਹੈ ਬਾਈ, ਇਹ ਆ ਕੇ ਪਾਣੀ ਵੀ ਨਹੀਂ ਮਾਰਿਆ ਅੰਦਰ, ਇੱਧਰ ਉੱਤਾ ਹੋਮੀ ਹੈ। ਲਓ ਜੀ, ਅਤੇ ਕੰਡੀਸ਼ਨ ਬਸ ਇਹ ਬਾਈ ਜੀ, ਘਰੋਂ ਲੈ ਕੇ ਆਉਂਦੇ ਕਾਰਾਂ ਤੁਸੀਂ? ਘਰੀਓਂ ਲੈ ਕੇ ਆਉਂਦੇ ਹਾਂ ਵੀਰੇ, ਅਸੀਂ ਆ ਕੇ ਖੜਾ ਦਿੰਦੇ ਹੁੰਦੇ ਆਪਾਂ, ਠੀਕ ਹੈ, ਨਾ ਕੋਈ ਰਵਿੰਗ ਨਾ ਕੋਈ ਪਾਰਟਸ ਕੁਛ ਨਹੀਂ ਹੁੰਦਾ ਬਾਈ ਆਪਣੇ। ਠੀਕ ਹੈ ਜੀ, ਮਤਲਬ ਜਿਵੇਂ ਜੈਨੂਨ ਹੈਗੇ ਆ, ਜਿਵੇਂ ਜੈਨੂਨ ਹੈਗੇ ਆ ਉਵੇਂ ਹੀ ਹਾਲ। ਲਓ ਜੀ, ਉਸ ਤੋਂ ਬਾਅਦ ਆ ਗਈ ਅਲਟੋਆਂ ਦੀ ਵਾਰੀ, 4 ਹੈਗੇ ਨੇ ਅਲਟੋਆਂ, ਸਵਿਫਟ ਤੇ ਅਲਟੋਆਂ, ਜਿਹੜੀ ਹੌਟ ਸੈਲਿੰਗ ਕਾਰ ਹੈ ਕਿ ਤੁਸੀਂ ਉਹ ਵੇਚ ਰਹੇ ਹੋ? ਉਹ ਵੇਚ ਰਹੇ ਹਾਂ ਵੀਰੇ। ਹਾਂਜੀ, ਠੀਕ ਹੈ ਵੀਰੇ, ਇਹਦੀ ਕੀ ਰਿਟੇਲ ਅਲਟੋ ਕੇਟਨ ਦੀ? ਇਹ ਵੀਰੇ 2012 ਮਾਡਲ ਹੈਗੀ, ਠੀਕ ਹੈ ਜੀ, ਬਈ ਫਸਟ ਓਨਰ ਹੈਗੀ ਇਹ। ਅੱਛਾ, ਫਸਟ ਓਨਰ? ਫਸਟ ਓਨਰ ਹੈ ਵੀਰੇ ਕਾਰ। ਓਕੇ ਜੀ, ਹਾਂਜੀ ਹਾਂਜੀ, ਤੇ 60,000 ਜੈਨੂਨ ਚੱਲੀ ਹੈ ਵੀਰੇ। 60,000 ਕਿਲੋਮੀਟਰ, ਠੀਕ ਹੈ ਵੀਰੇ। ਲਓ ਜੀ, ਟਾਇਰ ਵਗੈਰਾ ਵਧੀਆ ਪਏ ਨੇ। ਹਾਂਜੀ, ਤੇ ਅੰਦਰੋਂ ਦੇਖ ਰਿਹਾ ਮੈਂ, ਅੰਦਰੋਂ ਵੀ ਪੂਰੀ ਸਾਫ਼ ਸੁਥਰੀ ਕਾਰ ਹੈਗੀ, 2 ਪਾਵਰ ਵਿੰਡੋ ਨੇ। ਇਹ ਬਾਈ ਜੀ ਕੰਪਨੀ 'ਚ ਆਉਂਦੀਆਂ ਨੇ ਕਿ ਬਾਅਦ 'ਚ ਲੱਗੀ? ਟੌਪ ਮਾਡਲ ਹੈ ਵੀਰੇ, ਨਾਲ ਦੀ ਆਏ ਨੇ। ਓਕੇ ਜੀ, ਹਾਂਜੀ ਹਾਂਜੀ, ਠੀਕ ਹੈ ਵੀਰੇ। ਲਓ ਜੀ, 60,000 ਕਿਲੋਮੀਟਰ ਚੱਲੀ ਹੈ, ਅਤੇ ਰੇਟ ਕਿੰਨਾ ਵੀਰੇ? ਗੱਡੀ ਦੇ ਦਾਂਗੇ ਵੀਰੇ 2,30,000 ਰੁਪਏ ਦੀ। 2,30,000 ਮਾਡਲ ਸੀਗਾ, 2012 ਜੀ, 12। ਹਾਂਜੀ, ਠੀਕ ਹੈ ਵੀਰੇ। ਅਗਲੀ ਆ ਗਈ ਅਗੇਨ ਕੇਟਨ। ਹਾਂਜੀ ਬਾਈ, ਇਹਦੀ ਕੀ ਰਿਟੇਲ ਹੈ ਵੀਰੇ? ਇਹ ਵੀਰੇ 12 ਦੇ ਦੂਜੇ ਮਹੀਨੇ ਦੀ ਰਜਿਸਟ੍ਰੇਸ਼ਨ ਹੈਗੀ, ਮਾਡਲ 11 ਦੇ 12ਵੇਂ ਮਹੀਨੇ ਦੀ ਹੈਗੀ। ਠੀਕ ਹੈ ਜੀ, ਹਾਂਜੀ, ਤੇ ਸੈਕੰਡ ਓਨਰ ਹੈ ਬਾਈ ਜੀ ਕਾਰ ਇਹ। ਠੀਕ ਹੈ ਵੀਰੇ, ਹਾਂਜੀ, ਟਾਇਰ ਨਵੇਂ ਵਰਗੇ ਲੱਗੇ ਪਏ ਨੇ, ਫਰੰਟ ਸ਼ੀਸ਼ਾ ਇਹਦੇ ਵੀ ਨਾਲ ਦਾ ਹੈਗਾ ਜੀ। ਓਕੇ, ਕਿੰਨਾ ਮੁੱਲ ਹੈ ਵੀਰੇ? 2,25,000 ਜੀ। ਇਹ ਵੀ VXI ਹੈ? ਹਾਂਜੀ ਹਾਂਜੀ ਬਾਈ, ਠੀਕ ਹੈ ਵੀਰੇ। 2,25,000, ਹਾਂਜੀ, ਅੰਦਰੋਂ ਦੇਖ ਰਿਹਾ, ਅੰਦਰੋਂ ਵੀ ਸਾਫ਼ ਸੁਥਰੀ ਕਾਰ ਆ ਪੂਰੀ ਇਹ ਵੀ, ਠੀਕ ਹੈ ਜੀ, ਕੰਡੀਸ਼ਨ ਵਧੀਆ। ਇਹ ਚੱਲੀ ਕਿੰਨੀ ਕੋਈ? ਇਹ ਵੀਰੇ ਚੱਲੀ ਹੈ 81,000 ਕਿਲੋਮੀਟਰ। 81,000, ਠੀਕ ਹੈ ਵੀਰੇ। ਇਹਦੀ ਕੀ ਰਿਟੇਲ ਹੈ? 2011 ਮਾਡਲ ਹੈ ਵੀਰੇ। ਹਾਂਜੀ, ਤੇ ਸੈਕੰਡ ਓਨਰ ਹੈ ਕਾਰ, ਇਹਦੇ ਫਰੰਟ ਸ਼ੀਸ਼ੇ ਤੋਂ ਲੈ ਕੇ ਸਾਰੇ ਸ਼ੀਸ਼ੇ ਨਾਲ ਦੇ ਨੇ, ਪੇਂਟ ਦੀ ਓਰੀਜਨਲ ਹੈ, ਲਾਈਟ ਟਾਇਰ ਨਵੇਂ ਲੱਗੇ ਹੋਏ ਨੇ ਜੀ। ਠੀਕ ਹੈ ਵੀਰੇ, 2.5 ਲੱਖ ਰੁਪਏ ਦੀ ਕਾਰ ਵੀਰੇ। 2.5 ਲੱਖ? ਹਾਂਜੀ ਹਾਂਜੀ। ਇਹ ਪਹਿਲੇ ਨਾਂ ਦੀ ਹੈ ਜੀ? ਦੂਜੇ ਨਾਂ ਦੀ ਹੈ ਜੀ। ਓਕੇ, ਹਾਂਜੀ ਹਾਂਜੀ ਬਾਈ। ਲਓ ਜੀ, 2.5 ਲੱਖ ਰੁਪਏ ਦੀ ਕਾਰ ਹੈ, ਠੀਕ ਹੈ ਜੀ, ਬਾਕੀ ਕੰਡੀਸ਼ਨ ਵਗੈਰਾ ਵਧੀਆ ਪਈ ਆ। ਹਾਂਜੀ ਹਾਂਜੀ ਵੀਰੇ, ਟਾਇਰ ਨਵੇਂ ਲੱਗੇ ਹੋਏ ਨੇ, ਬਿਲਕੁਲ ਕਪੋਲੋ ਕੰਪਨੀ। ਠੀਕ ਹੈ ਵੀਰੇ। ਲਓ ਜੀ ਦੇਖੋ, ਲਓ ਜੀ ਦੋਸਤੋ, ਇੱਕ ਗੱਲ ਹੋਰ ਮੈਂ ਗੱਲ ਕਰਦਾ, ਦੇਖੋ ਜਿਵੇਂ ਨਾ ਕਈ ਮਿੱਤਰ ਕਹਿਣਗੇ, ਦੇਖੋ ਇਹ 11 ਮਾਡਲ ਹੈ, ਹਾਂਜੀ, ਉਹ 12 ਮਾਡਲ ਹੈ, ਉਹ ਵੀ 2.5 ਦੀ, ਇਹ ਵੀ 2.5 ਦੀ, ਹਾਂਜੀ ਹਾਂਜੀ, ਉਹਦੇ ਟਾਇਰਾਂ ਦੀ ਕੰਡੀਸ਼ਨ ਥੋੜੀ ਜਿਹੀ ਹਲਕੀ ਹੈ ਨਾ ਵੀਰੇ, ਇਹਦੇ ਅਲਾਏ ਇਹਦੇ ਅਲਾਏ ਹੋ ਗਏ, ਨਵੇਂ ਟਾਇਰ ਹੋ ਗਏ, ਹਾਂਜੀ ਹਾਂਜੀ, ਵੀ ਇੱਥੇ ਫਰਕ ਪੈ ਜਾਂਦਾ, ਇੱਥੇ ਜੀ ਫਰਕ ਪੈ ਜਾਂਦਾ ਵੀਰੇ, ਆਹੀ ਹੈ ਨਾ, ਨਹੀਂ ਤਾਂ 10-15,000 ਕਿਤੇ ਸਸਤੀ ਹੁੰਦੀ ਜੀ, ਆਪਣਾ ਕਹਦੇ ਦੂਜੇ ਰਿੰਮਾਂ ਤੇ ਹੁੰਦੀ ਟਾਇਰ ਅੱਧੇ ਕੁ ਹੁੰਦੇ ਨਾ, ਹਾਂਜੀ, ਉੱਥੇ ਕਸਟਮਰ ਸਾਨੂੰ ਵੀ ਬਈ ਮਹਿੰਗੀ ਦਿੰਦਾ ਹੈ, ਅਗਲਾ ਸਾਡੇ ਅਲੱਗ ਤੋਂ ਅਲਾਏ ਲੱਗੇ ਹੋਏ ਨੇ ਨਾ, ਹਾਂਜੀ ਹਾਂ, ਵੀ ਟਾਇਰ ਨਵੇਂ ਪਾਏ ਹੋਏ ਨੇ, ਉੱਥੇ ਬਈ ਆਪਾਂ ਨੂੰ ਦੇਖਣਾ ਪੈਂਦਾ, ਉੱਥੇ ਫਰਕ ਪੈ ਜਾਂਦਾ ਰੇਟ, ਹਾਂਜੀ ਹਾਂਜੀ, ਤੇ ਉਸ ਤੋਂ ਬਾਅਦ ਇਹਦੀ ਕੀ ਰਿਟੇਲ ਹੈ? ਇਹ ਵੀਰੇ ਫਸਟ ਓਨਰ ਹੈਗੀ, 2013 ਮਾਡਲ ਕਾਰ ਹੈ, 13 ਮਾਡਲ, ਹਾਂਜੀ, ਅਲਾਏ ਦੇ ਵਧੀਆ ਲੱਗੇ, ਹਾਂਜੀ, ਅਲਾਏ ਵਧੀਆ ਲੱਗੇ ਹੋਏ ਨੇ ਵੀਰੇ, ਟਾਇਰ, ਹਾਂ, 50% ਟਾਇਰ ਹੋਣਗੇ ਬਾਈ ਜੀ, ਠੀਕ ਹੈ ਵੀਰੇ, ਹਾਂਜੀ, ਕਿੰਨਾ ਮੁੱਲ ਹੈ ਵੀਰੇ? ਇਹ 2,45,000 ਰੁਪਏ ਦੀ ਕਾਰ, 2 ਲੱਖ, ਵੇਰੀਐਂਟ ਕਿਹੜਾ?
मैसेज पुछो ना आ गई जैन पंजाब दा नंबर है ते दूजे नाम दी कार है मेरे की रिटेल है ਗੱਡੀ ਬਾਈ ਪਹਿਲਾਂ ਕੋਈ ਗੱਡੀ ਦਿਖਾ ਦਿਓ ਹਨਾ ਕੋਲ ਹਾਂਜੀ ਗੱਡੀ ਸਾਰੀ ਆਲ ਓਰੀਜਨਲ ਹੈ ਬਾਈ ਇੱਕ ਬੰਪਰ ਤੇ ਸਕ੍ਰੈਚ ਸੀ ਉਹ ਜ਼ਰੂਰ ਸੈੱਟ ਕਰਵਾਏ ਨੇ ਬਾਕੀ ਆਲ ਓਰੀਜਨਲ ਦੇਖੋ ਬਾਈ ਬਾਈ ਦੇਖ ਰਿਹਾ ਜਾਂਦਾ ਜਾਂਦਾ ਖੜ ਗਿਆ ਸੀਗਾ ਵੀ ਇੰਨੀ ਸਾਫ ਗੱਡੀ ਕਿਵੇਂ ਹੋ ਸਕਦੀ ਹੈ ਮਜਬੂਰ ਕਰ ਦਿੰਦੀ ਹੈ ਬਾਈ ਹਨਾ ਜਾਂਦਿਆਂ ਨੂੰ ਫੜ ਕੇ ਦੇਖਣ ਤੇ ਮਜਬੂਰ ਕਰ ਦਿੰਦੀ ਹੈ ਕਾਰ ਇਹ ਪੈਟਰੋਲ ਦੀ ਹੈ ਵੀਰੇ ਹਾਂਜੀ ਪੈਟਰੋਲ ਦੀ ਹੈ ਲੋ ਜੀ ਇੱਕ ਹੈ ਵੀ ਪੈਟਰੋਲ ਦੀ ਹੈ ਪੂਰੀ ਸਾਫ ਅੰਦਰੋਂ ਵੀ ਦਿਖਾਣੇ ਗੁਰਪ੍ਰੀਤ ਕੋ ਅੰਦਰ ਵੀਰੇ ਕੋਈ ਜਰ ਵਗੈਰਾ ਤਾਂ ਲੱਗੀ ਹੋਈ ਕਿਤੇ ਕੁਝ ਵੀ ਨਹੀਂ ਹੈਗਾ ਵੀਰੇ ਤੁਸੀਂ 20 ਮਾਡਲ 22 ਮਾਡਲ ਬਰੋਬਰ ਲਿਆ ਕੇ ਗੱਡੀ ਖੜਾ ਲਓ ਤੁਹਾਨੂੰ ਐ ਲੱਗੂਗਾ ਵੀ ਕੋਈ ਫਰਕ ਹੀ ਨਹੀਂ 20 22 ਦਾ ਪਾਵਰ ਵਿੰਡੋ ਵੀ ਹੈਗੀ ਇਹਦੇ ਵਿੱਚ ਹਾਂਜੀ ਹਾਂਜੀ ਲੋ ਜੀ ਪਾਵਰ ਵਿੰਡੋ ਹੈਗੀ ਹੈ ਕਾਰ ਮਤਲਬ ਵੀ ਜਿਹਨੇ ਘਰੇ ਰੱਖਣੀ ਆ ਸ਼ੌਂਕ ਵਾਸਤੇ ਜਿਹੜੇ ਕਹਿੰਦੇ ਨੇ ਭਾਈ ਜੀ ਸ਼ੌਂਕ ਵਾਸਤੇ ਅਸੀਂ ਜੈਨ ਕਾਰ ਲੈਣੀ ਹੈਗੀ ਹਾਂਜੀ ਤੇ ਵਧੀਆ ਕਾਰ ਹੋਵੇ ਤੇ ਸਾਫ ਪਾਸਿੰਗ ਵਗੈਰਾ ਤਾਂ ਹੋਊਗੀ ਦੀ ਹੈ ਨਾ ਵੀਰੇ ਪਾਸਿੰਗ ਵੀਰੇ ਹੁਣ ਕਰਾਉਣੀ ਪੈਣੀ ਹੈਗੀ ਅੱਛਾ ਹਾਂਜੀ ਠੀਕ ਆ ਜੀ ਚਲੋ ਪਾਸਿੰਗ ਦਾ ਤਾਂ ਕੋਈ ਹੋ ਜੂ ਇਹਦੀ ਤਾਂ ਹਾਂਜੀ ਹਾਂਜੀ ਪਾਸਿੰਗ ਜਿਆਦਾ ਤਾਂ ਟੁੱਟੀ ਹੋਈ ਨਹੀਂ 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 ਠੀਕ ਹੈ ਵੀਰੇ ਹਾਂਜੀ ਬਾਈ ਕਿੰਨੇ ਮੁੱਲ ਦੀ ਕਾਰ ਹੈ ਵੀਰੇ ਇਹ 99000 ਦੀ ਸਿਰਫ 99000 ਦੀ ਹਾਂਜੀ ਹਾਂਜੀ ਬਾਈ ਲੱਗਦੀ ਤਾਂ ਮਹਿੰਗੀ ਹੈ ਵੈਸੇ ਹਾਂਜੀ ਹਾਂਜੀ ਪਰ ਲੱਗਦੀ ਮਹਿੰਗੀ ਹੈ ਸਾਫ ਸਾਫ ਦੀ ਕੰਡੀਸ਼ਨ ਦੇ ਹਿਸਾਬ ਨਾਲ ਦੇਖੇ ਤਾਂ ਵਧੀਆ ਵੀ ਮੌਕੇ ਤੇ ਹੋ ਜਾਊਗਾ ਨਹੀਂ ਵੀਰੇ ਲਾਸਟ ਹੀ ਹੈ ਬਸ ਇੱਕ ਸ਼ੌਂਕ ਦੀ ਆਪਾਂ ਕਹਿੰਦੇ ਵੀ ਕਿਸੇ ਸ਼ੌਂਕੀ ਬੰਦੇ ਨੂੰ ਦੇਣੀ ਹੈ ਹਨਾ ਓਕੇ ਜੀ ਹਾਂਜੀ ਮੈਨੂੰ ਐ ਜਿਵੇਂ ਤੋਲੀ ਤੋਲੀ ਦੇਖ ਰਹੀ ਇੱਕ ਪਰਸਨਲ ਤੁਹਾਡੀ ਆਪਦੀ ਜਿਹੜੀ ਕਸਟਮਰ ਦੀ ਕਾਰ ਹੈ ਇਹ ਗਾਹਕ ਦੀ ਕਾਰ ਹਾਂਜੀ ਹਾਂਜੀ ਵੀ ਬੱਟੂ ਪੈਸੇ ਵੀ ਠੋਕ ਕੇ ਮੰਗ ਰਹੇ ਹਾਂਜੀ 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 ਵੀ ਦੇਣੀ ਹੈ ਤਾਂ ਗੱਡੀ ਵੀ ਸਾਰੀ ਓਰੀਜਨਲ ਹੈ ਵੀਰੇ ਅੰਦਰੇ ਖੜੀ ਹੈ ਹੁਣ ਤੱਕ ਹਨਾ ਫਰੰਟ ਸ਼ੀਸ਼ੇ ਤੋਂ ਲੈ ਕੇ ਸਾਰੇ ਸ਼ੀਸ਼ੇ ਨਾਲ ਦੇ ਓਰੀਜਨਲ ਕਾਰ ਹੈਗੀ ਕਿਤੇ ਜਰ ਵਗੈਰਾ ਰਸਟਿੰਗ ਕਿਤੇ ਕੁਝ ਨਹੀਂ ਹੈਗਾ ਜੀ ਲੋ ਜੀ 99000 ਰੁਪਏ ਮੰਗਿਆ ਬਾਈ ਨੇ ਠੀਕ ਹੈ ਜੀ ਬਾਕੀ ਆਓ ਤੇ ਤੁਸੀਂ ਇਹ ਫਿਕਸ ਪ੍ਰਾਈਸ ਹੈ ਬਾਈ ਕਹਿੰਦਾ ਕਾਰ ਦਾ ਠੀਕ ਹੈ ਜੀ ਕਿਉਂਕਿ ਗਾਹਕ ਦੀ ਕਾਰ ਆ ਬਾਈ ਕਹਿੰਦਾ ਤੇ ਬਾਈ ਜੀ ਕੰਡੀਸ਼ਨ ਵਧੀਆ ਹੈਗੀ ਤੁਸੀਂ ਆਓ ਤੇ ਕਾਰ ਲਿਜਾ ਸਕਦੇ ਹੋ ਤੇ ਖੜੇ ਸੀ ਅੱਜ ਆਪਾਂ ਚੱਠੇ ਪਿੰਡ ਤੇ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਨਾ ਹਾਂਜੀ ਹਾਂਜੀ ਬਾਈ ਤੇ ਬਾਈ ਜੀ ਕਾਰਾਂ ਦੇ ਰੇਟ ਤੇ ਬਾਕੀ ਸਾਰੀਆਂ ਕਾਰਾਂ ਅਲਟੀਮੇਟ ਸੀਗੀਆਂ ਕਿਸੇ ਨੂੰ ਵੀ ਕੋਈ ਵੀ ਕਾਰ ਚਾਹੀਦੀ ਹੋਈ ਤਾਂ ਨੀਚੇ ਨੰਬਰ ਹੋਣਗੇ ਆਪਣਾ ਪੇਜ ਕਰ ਲਿਓ ਫੋਲੋ ਠੀਕ ਹੈ ਇੰਸਟਾਗ੍ਰਾਮ ਪੇਜ ਵੀ ਆਪਣੇ ਸਾਰੇ ਜਿੰਨੇ ਪੇਜ ਨੇ ਇੱਕ ਵਾਰ ਫੋਲੋ ਕਰ ਲਿਓ ਅਪਡੇਟ ਤੁਹਾਨੂੰ ਮਿਲਦੀ ਰਹਿੰਦੀ ਹੈ ਉਹਦੇ ਉੱਪਰ ਠੀਕ ਹੈ ਬਾਈ ਜੀ ਫਿਰ ਠੀਕ ਹੈ ਚੱਲੀਏ ਫਿਰ ਆਪਾਂ ਹਾਂਜੀ ਵੀਰੇ ਠੀਕ ਹੈ ਬਾਈ ਥੈਂਕ ਯੂ ਬਾਈ ਜੀ